ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬ ਪੁਲਿਸ ਕਾਂਸਟੇਬਲ ਦੇ ਪੇਪਰ ਦੀ ਤਿਆਰੀ ਇਸ ਚੈਨਲ ਦੇ ਉੱਤੇ ਚੱਲ ਰਹੀ ਹੈ ਸਾਰੇ ਜਣੇ ਮੇਰੇ ਨੰਬਰ ਦੇ ਉੱਤੇ ਮੈਸੇਜ ਜਰੂਰ ਕਰ ਲਿਓ ਆਪਣਾ ਨੰਬਰ ਸੇਵ ਕਰਵਾ ਲਓ ਅੱਜ ਪੰਜਾਬੀ ਵਿਆਕਰਨ ਦੀ ਸੈਕੰਡ ਕਲਾਸ ਮੈਂ ਲੈ ਕੇ ਆਇਆ ਹਾਂ ਇਸ ਤੋਂ ਪਹਿਲਾਂ ਵਾਲੀ ਕਲਾਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਮਿਲ ਜੂਗਾ ਪਲੇਲਿਸਟ ਦੇ ਵਿੱਚ ਵੀ ਹੈ ਹਰਮਨਦੀਪ ਸਿੰਘ ਕਾਂਸਟੇਬਲ 2024 ਨਾਮ ਦੀ ਪਲੇਲਿਸਟ ਮਿਲ ਜੂਗੀ ਉੱਥੇ ਜਾ ਕੇ ਤੁਸੀਂ ਕਲਾਸ ਲਗਾ ਲਿਓ ਪੰਜਾਬੀ ਵਿਆਕਰਨ ਦੀ ਤੇ ਪੰਜਾਬੀ ਦਾ ਪੇਪਰ ਪਾਸ ਕਰਨਾ ਤੁਹਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਤਾਂ ਹੀ ਤੁਸੀਂ ਕੁਆਲੀਫਾਈ ਮੰਨੇ ਜਾਓਗੇ ਕਿਉਂਕਿ ਬਹੁਤ ਸਾਰੇ ਪੇਪਰ ਇਸ ਤਰ੍ਹਾਂ ਦੇ ਹੋਏ ਹਨ ਪੰਜਾਬ ਦੇ ਵਿੱਚ ਜਿਸ ਵਿੱਚ ਬਹੁਤ ਸਾਰੇ ਕੈਂਡੀਡੇਟ ਪੰਜਾਬੀ ਦੇ ਪੇਪਰ ਵਿੱਚ ਫੇਲ ਹੋ ਰਹੇ ਹਨ ਕਿਉਂਕਿ ਹਰੇਕ ਪੇਪਰ ਦੇ ਨਾਲ ਪੰਜਾਬੀ ਦਾ ਪੇਪਰ 50 ਨੰਬਰ ਦਾ ਜ਼ਰੂਰੀ ਹੈ ਚਾਹੇ ਉਹ ਕੌਨਸਟੇਬਲ ਦਾ ਪੇਪਰ ਹੋਵੇ ਕੋਈ ਵੀ ਕਲਰਕ ਦਾ ਪੇਪਰ ਹੋਵੇ ਠੀਕ ਹੈ ਸੋ ਪੰਜਾਬੀ ਦਾ ਪੇਪਰ ਤੁਸੀਂ ਤਾਂ ਹੀ ਪਾਸ ਕਰ ਸਕਦੇ ਆ ਜੇ ਤੁਸੀਂ ਵਧੀਆ ਡਿਟੇਲ ਦੇ ਵਿੱਚ ਪੜੋਗੇ ਡਿਟੇਲ ਦੇ ਵਿੱਚ ਥਿਉਰੀ ਪਲੱਸ MCQ ਤੁਹਾਨੂੰ ਮੈਂ ਪੰਜਾਬੀ ਵਿਆਕਰਨ ਦੇ ਕਰਵਾ ਰਿਹਾ ਤੇ ਨੋਟਸ ਵੀ ਤੁਹਾਨੂੰ ਮਿਲ ਜੂਗੇ ਠੀਕ ਹੈ ਇਸ ਦੇ ਬਾਰੇ ਜਾਣਕਾਰੀ ਲੈਣ ਦੇ ਲਈ ਨੰਬਰ ਦੇ ਉੱਤੇ ਮੈਸੇਜ ਕਰ ਲਿਓ ਸਕਰੀਨ ਦੇ ਉੱਤੇ ਜੋ ਨੰਬਰ ਆ ਰਿਹਾ ਹੈ ਤੇ ਨੰਬਰ ਆਪਣਾ ਸੇਵ ਜ਼ਰੂਰ ਕਰਵਾ ਲਿਓ ਤੁਹਾਨੂੰ ਮੈਂ WhatsApp ਤੇ Telegram ਗਰੁੱਪ ਦੇ ਵਿੱਚ ਐਡ ਕਰ ਲੂੰਗਾ ਜਿੱਥੇ ਇਸ ਪੇਪਰ ਨਾਲ ਰਿਲੇਟਡ ਸਾਰੀ ਜਾਣਕਾਰੀ ਮਿਲ ਜੂਗੀ ਪੇਪਰ ਦਾ ਸਿਲੇਬਸ ਮਿਲ ਜੂਗਾ ਹੋਰ ਇੰਪੋਰਟੈਂਟ ਅਪਡੇਟ ਸਾਰਾ ਮਿਲ ਜੂਗਾ ਅੱਜ ਦੀ ਆਪਣੀ ਕਲਾਸ ਹੈ ਸ਼ਬਦ ਬੋਧ ਠੀਕ ਹੈ ਸ਼ਬਦ ਕੀ ਹੁੰਨੇ ਆ ਸ਼ਬਦ ਕਿੰਨੇ ਤਰ੍ਹਾਂ ਦੇ ਹੁੰਨੇ ਆ ਇਹ ਸਾਰਾ ਕੁਝ ਅੱਜ ਦੀ ਇਸ ਕਲਾਸ ਦੇ ਵਿੱਚ ਮੈਂ ਤੁਹਾਨੂੰ ਥਿਊਰੀ ਪਲੱਸ ਐਮਸੀਕਿਊ ਦੱਸੂਗਾ ਸਭ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ ਸ਼ਬਦ ਕੀ ਹੁੰਦੇ ਆ ਠੀਕ ਹੈ ਧੁਨੀਆਂ ਲਗਾਤੇ ਲਗਾਖਰਾਂ ਦੇ ਸਮੇਲ ਤੋਂ ਸ਼ਬਦ ਬਣਦਾ ਹੈ ਠੀਕ ਹੈ ਸ਼ਬਦ ਕਿਸ ਤਰ੍ਹਾਂ ਬਣਦਾ ਹੈ ਧੁਨੀਆਂ ਲਗਾਤੇ ਲਗਾਖਰਾਂ ਦੇ ਸਮੇਲ ਤੋਂ ਠੀਕ ਹੈ ਜਿਵੇਂ ਕ ਕ ਲ ਲਾ ਅਤੇ ਮ ਮੇ ਦੇ ਮੇਲ ਤੋਂ ਕੀ ਬਣਦਾ ਹੈ ਕਲਮ ਸ਼ਬਦ ਬਣ ਗਿਆ ਠੀਕ ਹੈ ਤਿੰਨ ਜੋ ਆਪਣੇ ਕੋਲ ਇਹ ਅੱਖਰਾਂ ਕ ਕ ਲ ਲਾ ਮ ਮਾ ਇਹਨਾਂ ਦੇ ਮੇਲ ਤੋਂ ਬਣ ਗਿਆ ਕਲਮ ਇੱਕ ਸ਼ਬਦ ਬਣ ਗਿਆ ਠੀਕ ਹੈ ਗੁਰਮੁਖੀ ਅੱਖਰਾਂ ਦੇ ਮੇਲ ਤੋਂ ਸ਼ਬਦ ਇਹ ਬਣ ਗਿਆ ਅੱਖਰਾਂ ਦੇ ਉਸ ਇਕੱਠ ਨੂੰ ਸ਼ਬਦ ਆਖਦੇ ਹਨ ਜਿਸ ਰਾਹੀਂ ਕਿਸੇ ਮਨੁੱਖ ਅ ਬਸਤੂ ਜਾਂ ਭਾਵ ਦਾ ਅਰਥ ਪ੍ਰਗਟ ਹੋਵੇ ਠੀਕ ਹੈ ਅ ਅੱਖਰਾਂ ਦੇ ਸੁਮੇਲ ਨੂੰ ਸ਼ਬਦ ਕਿਹਾ ਜਾਂਦਾ ਹੈ ਜਿਨ੍ਹਾਂ ਤੋਂ ਕਿਸੇ ਮਨੁੱਖ ਦਾ ਪਤਾ ਲੱਗੇ ਕਿਸੇ ਵਸਤੂ ਦਾ ਜਾਂ ਕਿਸੇ ਭਾਵ ਦਾ ਠੀਕ ਹੈ ਚਲੋ ਨੈਕਸਟ ਕੁਐਸਚਨ ਸੌਰੀ ਨੈਕਸਟ ਆ ਗਿਆ ਆਪਣੇ ਕੋਲ ਸ਼ਬਦਾਂ ਦੀ ਵੰਡ ਠੀਕ ਹੈ ਸ਼ਬਦਾਂ ਦੀ ਵੰਡ ਆ ਗਈ ਆਪਣੇ ਕੋਲ ਵਰਤੋਂ ਪੱਖੋਂ ਵਰਤੋਂ ਦੇ ਆਧਾਰ ਦੇ ਉੱਤੇ ਸਭ ਤੋਂ ਪਹਿਲਾਂ ਆ ਗਿਆ ਵਰਤੋਂ ਦੇ ਆਧਾਰ ਦੇ ਉੱਤੇ ਕਿੰਨੀਆਂ ਸ਼੍ਰੈਣੀਆਂ ਸ਼ਬਦਾਂ ਦੀਆਂ ਵਰਤੋਂ ਦੇ ਆਧਾਰ ਦੇ ਉੱਤੇ ਸ਼ਬਦਾਂ ਦੀਆਂ ਦੋ ਸ਼੍ਰੈਣੀਆਂ ਹੈ ਆਪਣੇ ਕੋਲ ਕੋਸ਼ਕਤ ਸ਼ਬਦ ਤੇ ਵਿਆਕਰਨਿਕ ਸ਼ਬਦ ਠੀਕ ਹੈ ਸ਼ਬਦਵੰਡ ਅ ਪਹਿਲੇ ਨੰਬਰ ਤੇ ਆ ਗਈ ਵਰਤੋਂ ਦੇ ਆਧਾਰ ਦੇ ਉੱਤੇ ਇਸ ਦੇ ਵਿੱਚ ਅੱਗੇ ਦੋ ਸ਼੍ਰੈਣੀਆਂ ਕੋਸ਼ਕਤ ਸ਼ਬਦ ਤੇ ਵਿਆਕਰਨਿਕ ਸ਼ਬਦ ਨੈਕਸਟ ਆ ਗਿਆ ਆਪਣੇ ਕੋਲ ਉੱਪਰ ਆਇਆ ਵਰਤੋਂ ਦੇ ਆਧਾਰ ਤੇ ਹੁਣ ਆ ਗਿਆ ਬਣਤਰ ਦੇ ਆਧਾਰ ਦੇ ਉੱਤੇ ਸ਼ਬਦ ਬਣਤਰ ਪੱਖੋਂ ਵੀ ਸ਼ਬਦਾਂ ਦੀਆਂ ਕਿੰਨੀਆਂ ਸ਼੍ਰੇਣੀਆਂ ਐ ਦੋ ਸ਼੍ਰੇਣੀਆਂ ਪੇਪਰ ਦੇ ਵਿੱਚ ਕੁਐਸਚਨ ਆ ਸਕਦਾ ਏ ਬਣਤਰ ਪੱਖੋਂ ਸ਼ਬਦਾਂ ਦੀਆਂ ਕਿੰਨੀਆਂ ਸ਼੍ਰੇਣੀਆਂ ਹਨ ਠੀਕ ਐ ਕਿਹੜੇ-ਕਿਹੜੇ ਐ ਮੂਲ ਜਾਂ ਧਾਤੂ ਸ਼ਬਦ ਸੈਕੰਡ ਹੈ ਗਿਆ ਰਚਿਤ ਸ਼ਬਦ ਹੁਣ ਇਹ ਦੇਖ ਲਓ ਕਿਹੜੇ-ਕਿਹੜੇ ਹੁੰਨੇ ਐ ਉਹ ਸ਼ਬਦ ਜਿਨ੍ਹਾਂ ਨੂੰ ਅੱਗੇ ਹੋਰ ਹਿੱਸਿਆਂ ਵਿੱਚ ਵੰਡਿਆ ਨਾ ਜਾ ਸਕਦਾ ਹੋਵੇ ਉਹ ਕਿਹੜੇ ਹੁੰਨੇ ਐ ਮੂਲ ਜਾਂ ਧਾਤੂ ਸ਼ਬਦ ਠੀਕ ਹੈ ਜਿਵੇਂ ਇੱਕ ਸ਼ਬਦ ਆਪਣੇ ਕੋਲ ਅੰਬ ਠੀਕ ਹੈ ਅੰਬ ਇਹ ਸ਼ਬਦ ਜੇ ਆਪਾਂ ਇਸ ਨੂੰ ਤੋੜਾਂਗੇ ਤਾਂ ਆੜੇ ਪਰ ਟਿੱਪੀ ਆੜੇ ਤੇ ਟਿੱਪੀ ਪਲੱਸ ਬੱਬਾ ਠੀਕ ਹੈ ਤਾਂ ਇਹਨਾਂ ਤੋਂ ਮਤਲਬ ਕੋਈ ਵੀ ਸ਼ਬਦ ਨਹੀਂ ਬਣਦਾ ਜੇ ਇਹਨਾਂ ਨੂੰ ਇਕੱਠੇ ਕਰਾਂਗੇ ਤਾਂ ਹੀ ਸ਼ਬਦ ਬਣਦਾ ਹੈ ਸੋ ਇਹਨਾਂ ਨੂੰ ਇਹਨਾਂ ਦੇ ਹੋਰ ਹਿੱਸਿਆਂ ਨੂੰ ਵੰਡਿਆ ਨਹੀਂ ਜਾ ਸਕਦਾ ਤਾਂ ਇਹ ਮੂਲ ਜਾਂ ਧਾਤੂ ਸ਼ਬਦ ਹੋਗੇ ਨੈਕਸਟ ਆ ਗਿਆ ਰਚਿਤ ਸ਼ਬਦ ਦੋ ਜਾਂ ਦੋ ਤੋਂ ਵਧੇਰੇ ਸ਼ਬਦਾਂ ਦੇ ਜੋੜ ਤੋਂ ਜਿਹੜੇ ਸ਼ਬਦ ਬਣਦੇ ਆ ਉਹਨਾਂ ਨੂੰ ਰਚਿਤ ਸ਼ਬਦ ਕਿਹਾ ਜਾਂਦਾ ਹੈ ਠੀਕ ਹੈ ਇਸ ਦੀ ਐਗਜ਼ਾਮਪਲ ਦੇਖ ਲਓ ਠੀਕ ਹੈ ਜਿਵੇਂ ਰੇਲ ਗੱਡੀ ਸਪੁੱਤਰ ਠੀਕ ਹੈ ਰਚਿਤ ਸ਼ਬਦ ਵੀ ਦੋ ਤਰ੍ਹਾਂ ਦੇ ਹੁੰਨੇ ਆ ਕਿ ਰਚਿਤ ਸ਼ਬਦ ਦੋ ਤਰ੍ਹਾਂ ਦੇ ਉਹਨੇ ਸਮਾਸੀ ਸ਼ਬਦ ਤੇ ਉਤਪਨ ਸ਼ਬਦ ਠੀਕ ਹੈ ਰਚੀ ਸ਼ਬਦ ਕਿੰਨੇ ਤਰ੍ਹਾਂ ਦੇ ਹੁੰਦੇ ਆ ਦੋ ਤਰ੍ਹਾਂ ਦੇ ਇੱਕ ਹੁੰਦੇ ਆ ਸਮਾਸੀ ਤੇ ਦੂਜੇ ਹੁੰਨੇ ਆ ਉਤਪਨ ਸ਼ਬਦ ਠੀਕ ਹੈ ਸਮਾਸੀ ਸ਼ਬਦ ਕਿਹੜੇ ਹੁੰਨੇ ਆ ਦੋ ਜਾਂ ਦੋ ਤੋਂ ਵੱਧ ਮੂਲ ਸ਼ਬਦਾਂ ਦੇ ਜੋੜ ਤੋਂ ਬਣਨ ਵਾਲੇ ਸ਼ਬਦ ਜਦੋਂ ਜੋੜ ਨਹੀਂ પાਕੇ ਲਿਖੇ ਜਾਣ ਤਾਂ ਸਮਾਸੀ ਸ਼ਬਦ ਬਣਦੇ ਹਨ ਠੀਕ ਹੈ ਦੋ ਜਾਂ ਦੋ ਤੋਂ ਵੱਧ ਮੂਲ ਸ਼ਬਦਾਂ ਦੇ ਜੋੜ ਤੋਂ ਬਣਨ ਵਾਲੇ ਸ਼ਬਦ ਜਦੋਂ ਜੋੜ ਨਹੀਂ પા ਕੇ ਲਿਖੇ ਜਾਂਦੇ ਤਾਂ ਉਹਨਾਂ ਨੂੰ ਕੀ ਕਿਹਾ ਜਾਂਦਾ ਸਮਾਸੀ ਸ਼ਬਦ ਜਿਵੇਂ ਘਰ-ਕਾਟ ਦਾਲ-ਰੋਟੀ ਦੁੱਧ-ਦਹੀਂ ਇਹ ਸਮਾਸੀ ਸ਼ਬਦ ਬਣ ਗਏ ਠੀਕ ਹੈ ਨੈਕਸਟ ਆ ਗਿਆ ਆਪਣੇ ਕੋਲ ਉਤਪਨ ਸ਼ਬਦ ਉਹ ਸ਼ਬਦ ਜੋ ਮੂਲ ਸ਼ਬਦ ਦੇ ਅੱਗੇ ਜਾਂ ਪਿੱਛੇ ਜੋੜ ਕੇ ਬਣਾਏ ਜਾਣ ਉਤਪਨ ਸ਼ਬਦ ਅਖਵਾਉਂਦਾ ਹੈ ਇਹਨਾਂ ਵਿੱਚ ਅਗੇਤਰ ਅਤੇ ਪਛੇਤਰ ਸ਼ਬਦ ਆ ਜਾਂਦੇ ਹਨ ਇਹਨਾਂ ਸ਼ਬਦਾਂ ਨੂੰ ਜੋੜਨੀ ਨਾਲ ਨਹੀਂ ਜੋੜਿਆ ਜਾਂਦਾ ਠੀਕ ਹੈ ਉੱਪਰ ਸਮਾਸੀ ਸ਼ਬਦਾਂ ਜਿਹੜੇ ਇਹਨਾਂ ਨੂੰ ਜੋੜਨੀ ਨਾਲ ਜੋੜਿਆ ਜਾਂਦਾ ਹੈ ਜਿਵੇਂ ਘਰ-ਕਾਰਟ ਦਾਲ-ਰੋਟੀ ਠੀਕ ਹੈ ਆਪਾਂ ਆਪਣੀ ਦੇਸੀ ਭਾਸ਼ਾ ਦੇ ਵਿੱਚ ਕਹਿ ਦਿੰਨੇ ਆ ਦਾਲ-ਰੋਟੀ ਦੁੱਧ-ਦਹੀਂ ਠੀਕ ਹੈ ਤਾਂ ਇਹ ਕੀ ਹੁੰਨੇ ਆ ਸਮਾਸੀ ਸ਼ਬਦ ਜਿਨ੍ਹਾਂ ਨੂੰ ਜੋੜਨੀ ਨਾਲ ਜੋੜਿਆ ਜਾਂਦਾ ਹੈ ਉਤਪੰਨ ਸ਼ਬਦ ਉਹ ਹੁੰਦੇ ਆ ਜਿਨ੍ਹਾਂ ਦੇ ਵਿੱਚ ਅਗੇਤਰ ਅਤੇ ਪਿਛੇਤਰ ਸ਼ਬਦ ਆ ਜਾਂਦੇ ਆ ਇਹਨਾਂ ਨੂੰ ਜੋੜ ਦੀ ਨਾਲ ਨਹੀਂ ਜੋੜਿਆ ਜਾਂਦਾ ਜਿਵੇਂ ਕਪੁੱਤਰ ਠੀਕ ਹੈ ਪਾਠਸ਼ਾਲਾ ਪਾਠ ਪਲੱਸ ਸ਼ਾਲਾ ਦੋ ਸ਼ਬਦਾਂ ਤੋਂ ਮਿਲ ਕੇ ਪਾਠਸ਼ਾਲਾ ਬਣ ਗਿਆ ਠੀਕ ਹੈ ਕਪੁੱਤਰ ਕਪੁੱਤਰ ਸ਼ਬਦ ਕਿਵੇਂ ਬਣਿਆ ਕਪੁੱਤਰ ਤੋਂ ਕਪੁੱਤਰ ਠੀਕ ਹੈ ਇਸ ਦੇ ਵਿੱਚ ਵੀ ਅਗੇਤਰ ਵਿਚੇਤਰ ਦੀ ਵਰਤੋਂ ਹੋਈ ਹੈ ਇਹਨਾਂ ਸ਼ਬਦਾਂ ਦੇ ਵਿੱਚ ਠੀਕ ਹੈ ਇਹਨਾਂ ਦੇ ਵਿੱਚ ਜੋੜਨੀ ਨਹੀਂ ਲੱਗਦੀ ਇਹ ਹੁੰਨੇ ਆ ਉਤਪਨ ਸ਼ਬਦ ਠੀਕ ਹੈ ਕਿਸ ਦਿਨ ਇਹ ਰਚਿਤ ਸ਼ਬਦ ਦੇ ਅੰਤਰ ਆਉਨੇ ਆ ਸਮਾਸੀ ਤੇ ਉਤਪਨ ਸ਼ਬਦ ਨੈਕਸਟ ਆ ਗਿਆ ਰੂਪ ਦੇ ਆਧਾਰ ਦੇ ਉੱਤੇ ਸ਼ਬਦ ਕਿੰਨੀ ਤਰ੍ਹਾਂ ਦੇ ਆ ਰੂਪ ਦੇ ਆਧਾਰ ਦੇ ਉੱਤੇ ਵੀ ਸ਼ਬਦ ਦੋ ਤਰ੍ਹਾਂ ਦੇ ਹੁੰਨੇ ਆ ਆਪਣੇ ਕੋਲ ਵਿਕਾਰੀ ਜਾਂ ਪਰਵਰਤਨਸ਼ੀਲ ਸ਼ਬਦ ਅਵਕਾਰੀ ਜਾਂ ਅਪਰਵਰਤਨਸ਼ੀਲ ਸ਼ਬਦ ਵਿਕਾਰੀ ਸ਼ਬਦ ਕਿਹੜੇ ਹੁੰਨੇ ਆ ਜਿਨ੍ਹਾਂ ਮੂਲ ਸ਼ਬਦਾਂ ਨਾਲ ਵਧੇਤਰ ਲਗਾ ਕੇ ਨਵੇਂ ਸ਼ਬਦ ਬਣਦੇ ਹਨ ਉਹਨਾਂ ਨੂੰ ਵਿਕਾਰੀ ਜਾਂ ਪਰਵਰਤਨਸ਼ੀਲ ਸ਼ਬਦ ਕਿਹਾ ਜਾਂਦਾ ਹੈ ਠੀਕ ਹੈ ਜਿਵੇਂ ਕੋੜਾ ਕੋੜਾ ਇੱਕ ਸ਼ਬਦ ਹੈ ਠੀਕ ਹੈ ਕੋੜੇ ਤੋਂ ਹੋਰ ਕਿਹੜੇ-ਕਿਹੜੇ ਸ਼ਬਦ ਬਣ ਸਕਦੇ ਆ ਕੋੜੇ ਕੋੜੇ ਕੋੜਾ ਤੋਂ ਕਿਹੜੇ-ਕਿਹੜੇ ਸ਼ਬਦ ਬਣ ਸਕਦੇ ਆ ਕੋੜੇ ਕੋੜੀਆਂ ਠੀਕ ਹੈ ਕੋੜੇ ਕੋੜੀਆਂ ਇਹ ਸ਼ਬਦ ਇਸ ਤੋਂ ਬਣ ਗਏ ਤਾਂ ਇਹ ਸ਼ਬਦ ਹੋ ਜੂंगे ਵਿਕਾਰੀ ਜਾਂ ਪਰਵਰਤਨਸ਼ੀਲ ਸ਼ਬਦ ਠੀਕ ਹੈ ਜਿਹੜੇ ਸ਼ਬਦਾਂ ਨਾਲ ਵਧੇਤਰ ਲਗਾ ਕੇ ਨਵੇਂ ਸ਼ਬਦ ਬਣਦੇ ਹਨ ਠੀਕ ਹੈ ਜਿਵੇਂ ਘੋੜਾ ਤੋਂ ਘੋੜੇ ਘੋੜਿਆਂ ਨੈਕਸਟ ਆ ਗਿਆ ਆਪਣੇ ਕੋਲ ਅਵਕਾਰੀ ਸ਼ਬਦ ਜਾਂ ਅਪਰਵਰਤਨਸ਼ੀਲ ਸ਼ਬਦ ਕਿਹੜੇ ਹੁੰਦੇ ਆ ਜਿਨ੍ਹਾਂ ਸ਼ਬਦਾਂ ਦੇ ਰੂਪ ਵਿੱਚ ਕੋਈ ਵੀ ਤਬਦੀਲੀ ਨਹੀਂ ਆਉਂਦੀ ਸਦਾ ਇੱਕ ਰੂਪ ਵਿੱਚ ਰਹਿਣੇ ਆ ਉਹਨਾਂ ਨੂੰ ਅਪਰਵਰਤਨਸ਼ੀਲ ਸ਼ਬਦ ਜਾਂ ਅਵਿਕਾਰੀ ਸ਼ਬਦ ਕਿਹਾ ਜਾਂਦਾ ਹੈ ਜਿਵੇਂ ਪਰ ਤੇ ਨੇ ਜੇ ਨੂੰ ਠੀਕ ਹੈ ਇਹਨਾਂ ਦੇ ਵਿੱਚ ਕੋਈ ਵੀ ਤਬਦੀਲੀ ਨਹੀਂ ਆਉਂਦੀ ਠੀਕ ਹੈ ਤਾਂ ਇਹਨਾਂ ਨੂੰ ਕੀ ਕਿਹਾ ਜਾਂਦਾ ਅਵਿਕਾਰੀ ਜਾਂ ਅਪਰਵਰਤਨਸ਼ੀਲ ਸ਼ਬਦ ਨੈਕਸਟ ਆ ਗਿਆ ਆਪਣੇ ਕੋਲ ਉਤਪਨ ਦੀ ਦ੍ਰਿਸ਼ਟੀ ਤੋਂ ਸ਼ਬਦ ਵੰਡ ਉਤਪਨ ਦੀ ਦ੍ਰਿਸ਼ਟੀ ਤੋਂ ਸ਼ਬਦ ਵੰਡ ਦੇ ਵਿੱਚ ਅ ਦੋ ਤਰ੍ਹਾਂ ਦੇ ਇਹ ਆ ਜਾਂਦੇ ਆ ਆਪਣੇ ਕੋਲ ਤਤਸਮ ਸ਼ਬਦ ਤੇ ਤਦਪਵ ਸ਼ਬਦ ਠੀਕ ਹੈ ਤਤਸਮ ਤੇ ਨੈਕਸਟ ਆ ਗਏ ਤਦਪਵ ਸ਼ਬਦ ਤਤਸਮ ਸ਼ਬਦ ਕਿਹੜੇ ਹੁੰਨੇ ਆ ਬਹੁਤ ਆਉਂਦਾ ਇਹ ਕੁਐਸਚਨ ਪੇਪਰ ਦੇ ਵਿੱਚ ਇਸ ਦੀ ਤੁਸੀਂ ਯਾਦ ਕਰ ਲਓ ਇਹ ਕਿਹੜੇ ਸ਼ਬਦ ਹੁੰਨੇ ਆ ਉਹ ਸ਼ਬਦ ਜੋ ਦੂਜੀਆਂ ਭਾਸ਼ਾਵਾਂ ਤੋਂ ਜਿਉਂ ਦੇ ਤਿਉਂ ਕਿਸੇ ਭਾਸ਼ਾ ਵਿੱਚ ਸ਼ਾਮਲ ਕਰ ਲਏ ਜਾਣ ਉਹ ਹੁੰਨੇ ਆ ਤਤ ਸਮ ਸ਼ਾਵਦ ਠੀਕ ਹੈ ਜਿਵੇਂ ਸੰਸਕ੍ਰਿਤੀ ਤੋਂ ਸ਼ਬਦ ਪੰਜਾਬੀ ਦੇ ਵਿੱਚ ਜਿਹੜੇ ਆਏ ਆ ਗਿਆਨ ਯਾਤਰਾ ਸ਼ਕਤੀ ਲਗੂ ਆਦੀ ਇਹ ਸ਼ਬਦ ਸੰਸਕ੍ਰਿਤੀ ਤੋਂ ਪੰਜਾਬੀ ਭਾਸ਼ਾ ਦੇ ਵਿੱਚ ਜਿਉਂ ਦੇ ਤੂੰ ਆਏ ਆ ਅੰਗਰੇਜ਼ੀ ਤੋਂ ਕਿਹੜੇ-ਕਿਹੜੇ ਆਏ ਆ ਸਕੂਲ ਸਾਈਕਲ ਰੇਲ ਠੀਕ ਹੈ ਗਲਾਸ ਕਾਪੀ ਆਦੀ ਠੀਕ ਹੈ ਅਲੱਗ-ਅਲੱਗ ਪਛਾਣਾਂ ਤੋਂ ਕਿਸੇ ਭਾਸ਼ਾ ਦੇ ਵਿੱਚ ਜਦੋਂ ਸ਼ਬਦ ਆ ਜਾਂਦੇ ਆ ਸੇਮ ਉਹਨਾਂ ਦਾ ਮਤਲਬ ਰਹਿੰਦਾ ਹੈ ਤਾਂ ਉਹ ਕਿਹੜੇ ਹੁੰਨੇ ਆ ਤਤਸਮ ਸ਼ਬਦ ਠੀਕ ਹੈ ਜਿਵੇਂ ਅਰਬੀ ਫਾਰਸੀ ਤੋਂ ਬਾਦਸ਼ਾਹ ਵਕੀਲ ਤੀਰ ਕਮਾਨ ਬੰਦੂਖ ਚਾਕੂ ਚਸ਼ਮਾ ਆਦਿ ਸ਼ਬਦ ਹਿੰਦੀ ਦੇ ਵਿੱਚੋਂ ਕਿਹੜੇ ਕਿਹੜੇ ਆ ਕਬੀ ਪਤੀ ਪੁੱਤਰ ਆਦਿ ਨੈਕਸਟ ਆ ਗਿਆ ਆਪਣੇ ਕੋਲ ਤਦਪਵ ਸ਼ਬਦ ਦੂਜੀਆਂ ਭਾਸ਼ਾਵਾਂ ਦੇ ਸ਼ਬਦ ਜਦ ਕਿਸੇ ਭਾਸ਼ਾ ਦੇ ਵਿੱਚ ਸ਼ਾਮਲ ਕਰ ਲਏ ਜਾਣ ਪਰ ਉਹਨਾਂ ਦਾ ਰੂਪ ਬਦਲ ਜਾਵੇ ਤਤਸਮ ਸੌਰੀ ਤਦਪਵ ਸ਼ਬਦ ਅਖਵਾਉਨੇ ਆਹੋ ਠੀਕ ਹੈ ਰੂਪ ਬਦਲੇ ਸ਼ਬਦ ਕਿਹੜੇ ਹੁੰਨੇ ਆ ਤਦਪਵ ਸ਼ਬਦ ਠੀਕ ਹੈ ਤਦਪਵ ਸ਼ਬਦ ਕਿਹੜੇ ਹੋਗੇ ਆਪਣੇ ਕੋਲ ਜਿਵੇਂ ਸੰਸਕ੍ਰਿਤੀ ਤੋਂ ਸੰਸਕ੍ਰਿਤੀ ਦੇ ਸ਼ਬਦਾਂ ਜਿਹੜੇ ਇਹ ਪੰਚ ਦੀਪ ਲక్ష్ਮੀ ਤਾਂ ਪੰਜਾਬੀ ਦੇ ਵਿੱਚ ਇਹ ਰੂਪ ਬਦਲ ਕੇ ਕਿਵੇਂ ਆ ਗਏ ਪੰਚ ਤੋਂ ਪੰਜ ਆ ਗਿਆ ਦੀਪ ਤੋਂ ਦੀਵਾ ਆ ਗਿਆ ਲక్ష్ਮੀ ਤੋਂ ਲక్ష్ਮੀ ਆ ਗਿਆ ਠੀਕ ਹੈ ਮਤਲਬ ਕਿ ਸ਼ਬਦਾਂ ਦਾ ਰੂਪ ਬਦਲ ਗਿਆ ਠੀਕ ਹੈ ਤਾਂ ਕਿਹੜੇ ਸ਼ਬਦ ਹੁੰਨੇ ਆ ਤਦਪਵ ਜਿਨ੍ਹਾਂ ਦਾ ਰੂਪ ਬਦਲ ਜਾਂਦਾ ਹੈ ਤਤਸਮ ਸ਼ਬਦਾਂ ਦਾ ਰੂਪ ਨਹੀਂ ਬਦਲਦਾ ਦੂਜੀਆ ਪਛਾਣ ਆਤ ਉਹ ਜਿਵੇਂ ਆਉਂਨੇ ਆ ਹੋਰ ਭਾਸ਼ਾ ਦੇ ਵਿੱਚ ਵੀ ਓਵੇਂ ਹੀ ਰਹਿੰਦੇ ਆ ਠੀਕ ਹੈ ਜਿਵੇਂ ਅੰਗਰੇਜ਼ੀ ਤੋਂ ਜਿਹੜੇ ਸ਼ਬਦ ਆਏ ਆ ਆਂਟ ਅਲਮੀਰਾ ਪੰਜਾਬੀ ਦੇ ਵਿੱਚ ਆ ਕੇ ਹੋ ਗਿਆ ਆਂਟੀ ਅਲਮੀਰਾ ਤੋਂ ਅਲਮਾਰੀ ਬਣ ਗਿਆ ਠੀਕ ਹੈ ਚਲੋ ਨੈਕਸਟ ਆ ਗਿਆ ਅਰਥਾਂ ਦੀ ਦ੍ਰਿਸ਼ਟੀ ਤੋਂ ਸ਼ਬਦ ਅਰਥਾਂ ਦੀ ਦ੍ਰਿਸ਼ਟੀ ਤੋਂ ਸ਼ਬਦ ਹੇਠ ਲਿਖੇ ਹੁੰਨੇ ਆ ਇਹ ਠੀਕ ਹੈ ਚਾਰ ਤਰ੍ਹਾਂ ਦੇ ਸਭ ਤੋਂ ਪਹਿਲਾ ਆ ਗਿਆ ਸਾਰਥਕ ਸ਼ਬਦ ਸਾਰਥਕ ਸ਼ਬਦ ਕਿਹੜੇ ਹੁੰਨੇ ਆ ਜਿਨ੍ਹਾਂ ਸ਼ਬਦਾਂ ਦੇ ਨਿਸ਼ਚਿਤ ਅਰਥ ਹੋਣ ਉਹਨਾਂ ਨੂੰ ਸਾਰਥਕ ਸ਼ਬਦ ਕਿਹਾ ਜਾਂਦਾ ਹੈ ਜਿਵੇਂ ਰੋਟੀ ਪਾਣੀ ਦੁੱਧ ਆਦਿ ਠੀਕ ਹੈ ਨਿਸ਼ਚਿਤ ਅਰਥ ਹੋਣ ਜਿਨ੍ਹਾਂ ਸ਼ਬਦਾਂ ਦੇ ਉਹ ਹੁੰਨੇ ਆ ਸਾਰਥਕ ਸ਼ਬਦ ਨੈਕਸਟ ਆ ਗਿਆ ਨਿਰਾਰਥਕ ਸ਼ਬਦ ਜਿਨ੍ਹਾਂ ਸ਼ਬਦਾਂ ਦੇ ਅਰਥ ਨਾ ਹੋਣ ਉਹ ਨਿਰਾਰਥਕ ਸ਼ਬਦ ਹੁੰਨੇ ਆ ਜਿਵੇਂ ਰੋਟੀ ਰਾਟੀ ਪਾਣੀ ਤਾਂ ਨਹੀਂ ਠੀਕ ਹੈ ਇਸ ਦੇ ਵਿੱਚ ਨਿਰਾਰਥਕ ਸ਼ਬਦ ਕਿਹੜੇ-ਕਿਹੜੇ ਆ ਰਾਟੀ ਜਿਵੇਂ ਆਪਾਂ ਕਹਿ ਦਿੰਦੇ ਆ ਰੋਟੀ ਰਾਟੀ ਬਣੂਗੀ ਰੋਟੀ ਰਾਟੀ ਦੇ ਦੋ ਪਾਣੀ ਤਾਂ ਨਹੀਂ ਦੇ ਦੋ ਪਾਣੀ ਤਾਂ ਨਹੀਂ ਪੁੱਛ ਲੋ ਕਿਸੇ ਨੂੰ ਠੀਕ ਹੈ ਤਾਥੇ ਰਾਟੀ ਤੇ ਤਾਣੀ ਇਹਨਾਂ ਸ਼ਬਦਾਂ ਦਾ ਕੋਈ ਵੀ ਅਰਥ ਨਹੀਂ ਹੈ ਠੀਕ ਹੈ ਤਾਂ ਇਹ ਕੀ ਹੋਗੇ ਨਿਰਾਰਥਕ ਸ਼ਬਦ ਠੀਕ ਹੈ ਰੋਟੀ ਦਾ ਅਰਥ ਹੈ ਰੋਟੀ ਦਾ ਸਭ ਨੂੰ ਪਤਾ ਹੀ ਹੈ ਇਹ ਹੁੰਦੇ ਆ ਸਾਰਤਕ ਸ਼ਬਦ ਜਿਵੇਂ ਪਾਣੀ ਦਾ ਵੀ ਅਰਥ ਹੈ ਪਾਣੀ ਤਾਣੀ ਦੁੱਧ ਦੱਦ ਠੀਕ ਹੈ ਕਈ ਵਾਰ ਆਪਾਂ ਕਹਿੰਦੇ ਨੇ ਦੁੱਧ ਦੱਦ ਦੇ ਦਿਓ ਦੱਦ ਨਾਮ ਦਾ ਕੋਈ ਵੀ ਸ਼ਬਦ ਨਹੀਂ ਹੈ ਤਾਂ ਇਹ ਹੋਗੇ ਨਿਰਾਰਥਕ ਸ਼ਬਦ ਨੈਕਸਟ ਆ ਗਿਆ ਆਪਣੇ ਕੋਲ ਸਮਾਨਾਰਥੀ ਸ਼ਬਦ ਸਮਾਨਾਰਥੀ ਸ਼ਬਦ ਕਿਹੜੇ ਹੁੰਨੇ ਆ ਸਮਾਨਾਰਥਾਂ ਵਾਲੇ ਸ਼ਬਦਾਂ ਨੂੰ ਸਮਾਨਾਰਥੀ ਸ਼ਬਦ ਕਿਹਾ ਜਾਂਦਾ ਹੈ ਜਿਵੇਂ ਅੱਖ ਨੈਣ ਨੇਤਰ ਠੀਕ ਹੈ ਇਹ ਜਿਹੜੇ ਤਿੰਨ ਸ਼ਬਦਾਂ ਇਹਨਾਂ ਦਾ ਅਰਥ ਸੇਮ ਹੈ ਠੀਕ ਹੈ ਅੱਖ ਨੈਣ ਨੇਤਰ ਨੈਕਸਟ ਆ ਗਿਆ ਵਿਰੋਧਾਰਥੀ ਸ਼ਬਦ ਆਪਸੀ ਵਿਰੋਧੀ ਅਰਥਾਂ ਵਾਲੇ ਸ਼ਬਦਾਂ ਨੂੰ ਵਿਰੋਧਾਰਥੀ ਸ਼ਬਦ ਕਿਹਾ ਜਾਂਦਾ ਹੈ ਜਿਵੇਂ ਉੱਚਾ ਨੀਮਾ ਖੱਟਾ ਮਿੱਠਾ ਠੀਕ ਹੈ ਨੈਕਸਟ ਆ ਗਏ ਆਪਣੇ ਕੋਲ ਬਿਆਕਰਨ ਪੱਖੋਂ ਸ਼ਬਦ ਬਿਆਕਰਨ ਦੇ ਪੱਖੋਂ ਸ਼ਬਦ ਇਹ ਸਾਰੇ ਹੁੰਦੇ ਆ ਨਾਮ ਪੜਨਾਮ ਵਿਸ਼ੇਸ਼ਣ ਕਿਰਿਆ ਕਿਰਿਆ ਵਿਸ਼ੇਸ਼ਣ ਸੰਬੰਧਕ ਜੋਜਕ ਵਿਸਮਿਕ ਠੀਕ ਹੈ ਇਹ ਸਾਰੇ ਹੁੰਦੇ ਆ ਆਪਣੇ ਕੋਲ ਬਿਆਕਰਨ ਦੇ ਪੱਖੋਂ ਸ਼ਬਦ ਚਲੋ ਨੈਕਸਟ ਹੁਣ ਆਪਾਂ ਦੇਖਦੇ ਹਾਂ ਐਮਸੀਕਿਊਜ਼ ਤੇ ਇਹ ਸਾਰੇ ਮੈਂ ਤੁਹਾਨੂੰ ਨਾਮ ਪੜਨਾਮ ਵਿਸ਼ੇਸ਼ਣ ਕਿਰਿਆ ਕਿਰਿਆ ਵਿਸ਼ੇਸ਼ਣ ਸੰਬੰਧਕ ਜੋ ਜੋ ਵਿਸ਼ਮਿਕ ਇਹ ਵੀ ਮੈਂ ਤੁਹਾਨੂੰ ਡਿਟੇਲ ਦੇ ਵਿੱਚ ਕਰਵਾਉਂਗਾ ਬਿਆਕਰਨ ਇੰਨੀ ਵੀ ਸੌਖੀ ਨਹੀਂ ਜਿੰਨੀ ਤੁਸੀਂ ਸਮਝ ਰਹੇ ਆਂ ਡਿਟੇਲ ਦੇ ਵਿੱਚ ਤੁਹਾਨੂੰ ਪੜ੍ਹਨੀ ਪੈਣੀ ਤਾਂ ਹੀ ਤੁਸੀਂ ਸਹੀ ਆਨਸਰ ਹੈ ਜਿਹੜਾ ਉਹ ਦੇ ਸਕਦੇ ਆਂ ਠੀਕ ਹੈ ਨੈਕਸਟ ਆ ਗਿਆ ਐਮਸੀਕਿਊਜ਼ ਆ ਗਿਆ ਆਪਣੇ ਕੋਲ ਕਿਸੇ ਭਾਸ਼ਾ ਦੀ ਬਿਆਕਰਨ ਦੀ ਸਰਚਨਾ ਵਿੱਚ ਸੁਰੰਤਰ ਅਤੇ ਸਾਰਥਕ ਇਕਾਈ ਕਿਹੜੀ ਹੈ ਕਿਹੜੀ ਹੈ ਸਹੀ ਉੱਤਰ ਹੋ ਜੂਗਾ অপਸ਼ਨ a b ਸ਼ਬਦ ਠੀਕ ਹੈ ਕਿਸੇ ਭਾਸ਼ਾ ਦੀ ਵਿਆਕਰਨ ਦੀ ਸਰਚਨਾ ਵਿੱਚ ਸੁਤੰਤਰ ਤੇ ਸਾਰਥਿਕ ਇਕਾਈ ਕੀ ਹੁੰਦੀ ਹੈ ਸ਼ਬਦ ਨੈਕਸਟ ਆ ਗਿਆ ਹੇਠ ਲਿਖਿਆਂ ਵਿੱਚੋਂ ਸਮਾਸੀ ਸ਼ਬਦ ਚੁਣੋ ਸਮਾਸੀ ਸ਼ਬਦ ਚੁਣਨਾ ਹੈ ਇਹਨਾਂ ਦੇ ਵਿੱਚੋਂ ਸਮਾਸੀ ਸ਼ਬਦ ਮੈਂ ਦੱਸਦਾ ਤੁਹਾਨੂੰ ਡੈਫੀਨੇਸ਼ਨ ਦੱਸੀ ਹੈ ਕਰ ਤੇ ਘਾਟ ਤੁਹਾਨੂੰ ਡੈਫੀਨੇਸ਼ਨ ਪਤਾ ਹੋਣੀ ਚਾਹੀਦੀ ਹੈ ਜੇ ਡੈਫੀਨੇਸ਼ਨ ਪਤਾ ਹੈ ਤਾਂ ਤੁਸੀਂ 1 ਮਿੰਟ ਦੇ ਵਿੱਚ ਆਨਸਰ ਦੇ ਦੂਵੇ। ਪਰ ਸ਼ਬਦ ਕਿਸ ਪ੍ਰਕਾਰ ਦਾ ਸ਼ਬਦ ਹੈ? ਪਰ ਸ਼ਬਦ ਕਿਸ ਪ੍ਰਕਾਰ ਦਾ ਇਹ ਵਿਕਾਰੀ ਅਵਕਾਰੀ ਰਚਿਤ ਜਾਂ ਸਮਾਸੀ? ਪਰ ਅਵਕਾਰੀ ਸ਼ਬਦ ਹੈ। ਠੀਕ ਹੈ? ਪੇਪਰ ਦੇ ਵਿੱਚ ਇਸ ਤਰ੍ਹਾਂ ਦੇ ਹੀ ਕਵਸਨ ਤੁਹਾਨੂੰ ਆਉਣੇ ਆਂ ਡਿਟੇਲ ਦੇ ਵਿੱਚ ਡੈਫੀਨੇਸ਼ਨਾਂ ਤੁਹਾਨੂੰ ਯਾਦ ਰੱਖਣੀਆਂ ਪੈਣੀਆਂ। ਠੀਕ ਹੈ? ਅ ਅਵਕਾਰੀ ਦੀ ਮੈਂ ਡੈਫੀਨੇਸ਼ਨ ਤੁਹਾਨੂੰ ਦੱਸ ਚੁੱਕਿਆ ਹੈ। ਤਦਸਮ ਸ਼ਬਦ ਕਿਹੜੇ ਹੁੰਦੇ ਹਨ? ਉੱਪਰ ਮੈਂ ਦੱਸਿਆ ਤੁਹਾਨੂੰ 1 ਮਿੰਟ ਦੇ ਵਿੱਚ 1 ਸੈਕਿੰਡ ਦੇ ਵਿੱਚ ਤੁਹਾਨੂੰ ਆਨਸਰ ਆਉਣਾ ਚਾਹੀਦਾ ਹੈ ਤਤਸਮ ਸ਼ਬਦ ਹੁੰਦੇ ਆ ਜਿਵੇਂ ਦੇ ਤਿਵੇਂ ਠੀਕ ਹੈ ਜਿਹੜੇ ਦੂਜੀਆਂ ਭਾਸ਼ਾਵਾਂ ਤੋਂ ਹੋਰ ਭਾਸ਼ਾ ਦੇ ਵਿੱਚ ਜਾ ਕੇ ਜਿਉਂ ਦੇ ਤਿਉਂ ਰਹਿੰਦੇ ਆ ਹੁੰਨੇ ਆ ਤਤਸਮ ਤਦਪਵ ਸ਼ਬਦ ਕਿਹੜੇ ਹੁੰਨੇ ਆ ਰੂਪ ਬਦਲੇ ਸ਼ਬਦ ਦੂਜੀਆਂ ਭਾਸ਼ਾਵਾਂ ਦੇ ਵਿੱਚ ਜਾ ਕੇ ਜਿਨ੍ਹਾਂ ਦਾ ਰੂਪ ਬਦਲ ਜਾਂਦਾ ਹੈ ਨੈਕਸਟ ਆ ਗਿਆ ਪਾਣੀ ਤਾਣੀ ਵਿੱਚੋਂ ਨਿਰਾਰਥਕ ਸ਼ਬਦ ਕਿਹੜਾ ਹੈ ਨਿਰਾਰਥਕ ਸ਼ਬਦ ਕਿਹੜਾ ਹੈ ਪਾਣੀ ਧਾਣੀ ਦੇ ਵਿੱਚੋਂ ਸਹੀ ਉੱਤਰ ਹੋ ਜੂਗਾ ਧਾਣੀ ਕਿਉਂਕਿ ਧਾਣੀ ਦਾ ਕੋਈ ਵੀ ਅਰਥ ਨਹੀਂ ਹੈ ਠੀਕ ਹੈ ਪਲੇਲਿਸਟ ਵਿੱਚ ਜਾ ਕੇ ਜਿਹੜੀ ਫਸਟ ਕਲਾਸ ਹੈ ਉਹ ਤੁਹਾਨੂੰ ਮਿਲ ਜੂਗੀ ਡਿਸਕ੍ਰਿਪਸ਼ਨ ਵਿੱਚ ਵੀ ਮਿਲ ਜੂਗੀ ਬਾਕੀ ਇਸੇ ਤਰ੍ਹਾਂ ਤੁਹਾਡੀ ਤਿਆਰੀ ਮੈਂ ਕਰਵਾ ਰਿਹਾ ਹਾਂ ਹੈ ਅਲੱਗ-ਅਲੱਗ ਸਬਜੈਕਟਾਂ ਦੀ ਨੰਬਰ ਦੇ ਉੱਤੇ ਮੈਂ ਅਸੀਂ ਜ਼ਰੂਰ ਕਰ ਲਿਓ ਮਿਲਦੇ ਆਂ ਅਗਲੀ ਕਲਾਸ ਦੇ ਵਿੱਚ ਧੰਨਵਾਦ